किसानी अंदोलन लैके लगातार किसान जथेबंदियां प्रदर्शन कर रही ने। पिछले दिन कंगना रनौत वालों जिस तरह किसानी अंदोलन लैके टिप्पणियां कीतियां गईयां, उस तो बाद किसान जथेबंदियां वालों बॉलीवुड के कई सितारों के खिलाफ मोर्चा खोलिया गया। इसी कड़ी में पटियाला च श्रीदेवी की धी जानवी कपूर की शूटिंग चल रही थी, जिसका पता लगदिया ही किसान जथेबंदियां शूटिंग स्थान पर पहुंचिया और उत्थे उन्हां वालों प्रदर्शन किया गया तो शूटिंग बंद करवा दी गई। किसान जथेबंदियों का कहना है कि बॉलीवुड के अदाकारा ने किसानी अंदोलन की हिमायत नहीं की, यही कारण है कि वह पंजाब विच बॉलीवुड दी फिल्मों की शूटिंग नहीं होने देंगे। इस तो इलावा पटियाला तो किसान यूनियन के प्रधान का की है कहना, आपको दिखाने ਭਾਜੀ ਕੀ ਨਾਮ ਹੈ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਜੀ ਤੇ ਪ੍ਰੋਟੈਕਟ ਕਰ ਰਹੇ ਹੋ? ਮੈਂ ਪ੍ਰਭਜੀਤ ਪਾਲ ਸਿੰਘ ਐਡਵੋਕੇਟ। ਅਸੀਂ ਜੋ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਜੋ ਚੱਲ ਰਿਹਾ ਉਹਦੇ ਵਿੱਚ ਕਿਸਾਨ ਅੰਦੋਲਨ ਜੋ ਕੇਂਦਰ ਸਰਕਾਰ ਲੋਕਾਂ ਦੇ ਲੋਕ ਮਾਰੂ ਨੀਤੀਆਂ ਬਣਾਈਆਂ ਹੋਈਆਂ ਨੇ, ਜੋ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਹਿੰਦੁਸਤਾਨ ਦੀ ਆਵਾਮ ਅਤੇ ਕਿਸਾਨੀ ਅਤੇ ਮਜ਼ਦੂਰ ਅਤੇ ਛੋਟੇ ਵਪਾਰੀ ਅਤੇ ਮੁਲਾਜ਼ਮ ਅਤੇ ਹਰ ਵਰਗ 'ਤੇ ਆਪਣਾ ਕਬਜ਼ਾ ਕਰਕੇ ਇਹ ਕਾਰਪੋਰੇਟ ਘਰਾਣਿਆਂ ਨੂੰ ਇਹ ਵੇਚ ਚੁੱਕੇ ਨੇ। ਸੋ ਉਹਦੇ ਖਿਲਾਫ ਉਹਦੇ ਹੱਕ ਉਹਦੇ ਖਿਲਾਫ ਜੋ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿੱਢਿਆ ਹੋਇਆ, ਉਸ ਲਈ ਅਸੀਂ ਲਗਾਤਾਰ 3 ਮਹੀਨਿਆਂ ਤੋਂ ਲੱਗੇ ਹੋਏ ਹਾਂ। ਸੋ ਜੋ ਵੀ ਅੱਜ ਬਾਲੀਵੁੱਡ ਸਟਾਰ ਜੋ ਸਾਡੇ ਹੱਕ ਦੇ ਵਿੱਚ ਨਹੀਂ ਬੋਲ ਰਹੇ, ਕੰਗਨਾ ਰਣੌਤ ਹੋਈ ਜਾਂ ਹੋਰ ਸਟਾਰ, ਇਹਨਾਂ ਦੀਆਂ ਫਿਲਮਾਂ ਕਿਤੇ ਵੀ ਸ਼ੂਟ ਨਹੀਂ ਹੋਣ ਦੇਵਾਂਗੇ। ਅੱਜ ਇੱਕ ਹਿੰਦੀ ਫਿਲਮ ਦੀ ਇੱਥੇ ਸ਼ੂਟਿੰਗ ਚੱਲ ਰਹੀ ਹੈ ਪਟਿਆਲੇ ਦੇ ਵਿੱਚ। ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨੂੰ ਆਪਣੇ ਆਪ ਚੁਕਾ ਦਿਓ, ਨਹੀਂ ਤਾਂ ਇਹ ਆਪਣੇ ਨੁਕਸਾਨ ਦੇ ਆਪ ਜ਼ਿੰਮੇਵਾਰ ਹੋਣਗੇ। ਅਸੀਂ ਕਿਸੇ ਵੀ BJP ਦੇ ਲੀਡਰ ਦਾ ਜਾਂ ਕਿਸੇ ਵੀ ਬਾਲੀਵੁੱਡ ਸਟਾਰ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦਿਆਂਗੇ, ਨਹੀਂ ਤਾਂ ਇਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਣਗੇ। ਅਸੀਂ ਇਹਨਾਂ ਦਾ ਘਰਾਓ ਕਰਨ ਆਏ ਹਾਂ। ਕੌਣ ਐਕਟਰ ਹੈ ਤੇ ਕੌਣ ਐਕਟਰ ਹੈ, ਕਿਹੜੀ ਪਿਕਚਰ ਕਿਹੜੀ ਹੈ ਇੱਥੇ? ਇਹ ਸ਼੍ਰੀਦੇਵੀ ਦੀ ਲੜਕੀ ਦੀ ਫਿਲਮ ਚੱਲ ਰਹੀ ਹੈ, ਇੱਥੇ ਸ਼ੂਟਿੰਗ ਹੋ ਰਹੀ ਸੀ। ਜਿਵੇਂ ਹੀ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਘਰਾਓ ਕਰਨ ਲਈ ਪਹੁੰਚੇ ਹਾਂ, ਔਰ ਅਸੀਂ ਇਹ ਪੁਰਜ਼ੋਰ ਸਾਰੇ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹ ਆਪ ਅੱਗੇ ਲੱਗ ਕੇ ਇਹਨਾਂ ਨੂੰ ਕਿਸੇ ਵੀ ਸ਼ੂਟਿੰਗ 'ਤੇ ਪਾਬੰਦੀ ਲਾਈ ਜਾਵੇ। ਹੁਣ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ, ਬੰਦ ਕਰ ਦਿੱਤੀ ਗਈ ਹੈ। ਅਸੀਂ ਆ ਕੇ ਜਿਵੇਂ ਰੌਲਾ ਪਾਇਆ ਇਹ ਇੱਥੋਂ ਸਮਾਨ ਚੱਕ ਕੇ ਭੱਜਣਾ ਸਟਾਰਟ ਹੋ ਗਏ ਨੇ। ਕਿ DC ਪਟਿਆਲਾ ਨੂੰ ਮੰਗ ਪੱਤਰ ਵੀ ਦਿੱਤਾ ਜਾਏਗਾ ਤੁਹਾਡੇ ਵੱਲੋਂ? ਅਸੀਂ DC ਨੂੰ ਕੀ ਮੰਗ ਪੱਤਰ ਦਈਏ? ਅਸੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਮੰਗ ਪੱਤਰ ਜਾ ਰਹੇ ਨੇ ਸਾਡੇ। ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਪੂਰਾ ਚੱਕਾ ਜਾਮ ਕਰ ਦਾਂਗੇ ਪੂਰੇ ਪੰਜਾਬ ਦੇ ਵਿੱਚ। ਹੁਣ ਅਸੀਂ 26 ਤਰੀਕ ਨੂੰ ਦਿੱਲੀ ਤਾਂ ਜਾ ਰਹੇ ਹਾਂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਲੋਕ ਸਾਡੇ ਨਾਲ ਚੱਲੋ, ਸਾਰੀ ਆਵਾਮ ਚੱਲੋ, ਕਿਉਂਕਿ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ, ਇਹ ਕਿਸਾਨ ਦੀ, ਮਜ਼ਦੂਰ ਦੀ, ਵਪਾਰੀ ਦੀ, ਰਿਕਸ਼ਾ ਚਾਲਕ ਦੀ, ਬੱਸ ਚਾਲਕ ਦੀ, ਡਰਾਈਵਰ ਦੀ, ਮੁਲਾਜ਼ਮ ਦੀ, ਹਰ ਇੱਕ ਦੀ ਲੜਾਈ ਹੈ। ਇਸ ਕਰਕੇ ਸਾਰੇ ਇਕਜੁੱਟ ਹੋ ਗਏ ਕਿਸਾਨ ਜਥੇਬੰਦੀਆਂ ਦੇ ਨਾਲ ਚੱਲੋ, ਨਹੀਂ ਤਾਂ ਇਹ ਤੁਹਾਡੀ ਜ਼ਮੀਨ ਤਾਂ ਕੀ ਤੁਹਾਡੀ ਹੋਣ ਦਾ ਵੀ ਸੌਦਾ ਕਰ। ਹੁਣ ਤੁਹਾਡੀ ਇਹਨਾਂ ਯੂਨਿਟ ਨਾਲ ਗੱਲ ਹੋਈ, ਇਹ ਕੀ ਕਹਿੰਦੇ ਸ਼ੂਟਿੰਗ ਬੰਦ ਕਰਨ ਵਾਲੇ ਸ਼ੂਟਿੰਗ ਛੱਡ ਕੇ ਭੱਜ ਚੁੱਕੇ ਹੋਏ ਨੇ, ਪਰ ਇਹ ਨੀਮਰਾਲਾ ਹੋਟਲ ਦੇ ਵਿੱਚ ਬੈਠੇ ਨੇ। ਅਸੀਂ ਉੱਥੋਂ ਵੀ ਇਹਨਾਂ ਨੂੰ ਹੁਣ ਖਦੇੜਨ ਜਾ ਰਹੇ ਹਾਂ, ਅਸੀਂ ਇਹਨਾਂ ਨੂੰ ਨਹੀਂ ਇੱਥੇ ਪਟਿਆਲੇ ਦੇ ਵਿੱਚ ਰਹਿਣ ਦੇਵਾਂਗੇ, ਸਟੇ ਕਰਨ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ। ਮੇਰਾ ਨਾਮ ਜੀ ਗੁਰਧਿਆਨ ਸਿੰਘ ਆ, ਪ੍ਰਧਾਨ ਪਟਿਆਲਾ 2 ਬਲਾਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਦੇਖੋ ਜੀ, ਕੰਗਣਾ ਨੇ ਕਿਸਾਨਾਂ ਦੇ ਵਿਰੁੱਧ ਕਿੰਨੀਆਂ ਟਿੱਪਣੀਆਂ ਕੀਤੀਆਂ ਨੇ, ਮਾੜੀਆਂ ਟਿੱਪਣੀਆਂ ਕੀਤੀਆਂ ਨੇ, ਕਿੰਨਾ ਵਿਰੋਧਤਾ ਕਰੀ ਆ, ਜਦਕਿ ਕੋਈ ਇੰਡਸਟਰੀ ਕੰਗਣਾ ਨੂੰ ਖਾਣ ਨੂੰ ਦੇਣ ਵਾਲੀ ਨਹੀਂ ਹੈਗੀ। ਖਾਣ ਨੂੰ ਦੇਣ ਵਾਲਾ ਕਿਸਾਨ ਆ, ਕਿਸਾਨ ਅੰਨਦਾਤਾ ਸਾਰੇ ਲੋਕਾਂ ਨੂੰ, ਕਿਸਾਨ ਜਿਹੜੀਆਂ 35-40 ਚੀਜ਼ਾਂ ਪੈਦਾ ਕਰ ਰਹੇ ਆ ਉਹੀ ਲੋਕ ਖਾ ਰਹੇ ਨੇ, ਉਹਦੇ ਨਾਲ ਇਹ ਗੁਜ਼ਾਰਾ ਚੱਲਦਾ, ਇਹ ਇੰਡਸਟਰੀ ਦੇ ਬਿਨਾਂ ਗੁਜ਼ਾਰਾ ਚੱਲ ਸਕਦਾ ਆ। ਦੂਜੀ ਗੱਲ, ਇਹਨਾਂ ਨੇ ਜੇ ਇਹੋ ਜਿਹੇ ਮਾੜੇ ਪਤੀਰੇ ਕਰਕੇ ਫਿਰ ਵੀ ਆ ਸਾਡੇ ਪੰਜਾਬ ਵਿੱਚ ਸ਼ੂਟਿੰਗ ਕਰਨ ਪਹੁੰਚ ਰਹੇ ਨੇ, ਇਹਨਾਂ ਜੇ ਸ਼ੂਟਿੰਗ ਕਰਨੇ ਨੇ ਆਪਣੇ ਬੰਬੇ ਵਗੈਰਾ ਜਾ ਕੇ ਕਰਨ, ਇੱਥੇ ਕਿਉਂ ਆਉਂਦੇ ਨੇ? ਜਦਕਿ ਇੱਕ ਪਾਸੇ ਸਾਡੇ ਬਾਰੇ ਕਿਸਾਨਾਂ ਬਾਰੇ ਇੰਨਾ ਮਾੜਾ ਬੋਲ ਰਹੇ ਨੇ ਵੀ ਕਿਸਾਨ ਐਵੇਂ ਨੇ ਜੀ, ਕਿਸਾਨ ਐਵੇਂ ਨੇ, ਜੇ ਦੂਜੇ ਪਾਸੇ ਸਾਡੇ ਪੰਜਾਬ 'ਚ ਆ ਕੇ ਸ਼ੂਟਿੰਗਾਂ ਕਰ ਰਹੇ ਨੇ। ਅਸੀਂ ਐਵੇਂ ਜਿਹੇ ਜਿਹੇ ਚਾਹੇ ਫਿਲਮ ਇੰਡਸਟਰੀ ਆ, ਹੁਣ ਤੋਂ ਲੈ ਕੇ ਅੱਜ ਤੋਂ ਸ਼ੁਰੂ ਆ ਟੋਟਲ ਪੰਜਾਬ ਦੇ ਵਿੱਚ ਕਿਧਰੇ ਵੀ ਇਹ ਸ਼ੂਟਿੰਗ ਵਗੈਰਾ ਕਰ ਦਿੰਦੇ, ਅਸੀਂ ਇਹਨਾਂ ਦੇ ਪੂਰੇ ਜ਼ੋਰ ਜ਼ੋਰ ਨਾਲ ਵਿਰੋਧਤਾ ਕਰਾਂਗੇ। ਨਹੀਂ ਜੇ ਦੇਖੋ, ਜੇ ਅੱਜ ਸਾਡਾ ਪੰਜਾਬ ਸਾਡੇ ਨਾਲ ਆ, ਸਮੁੱਚਾ ਪੰਜਾਬ ਸਾਡੇ ਨਾਲ ਆ, ਪੰਜਾਬੀ ਬਾਰੇ ਅਸੀਂ ਇਹੋ ਜਿਹੀ ਕੋਈ ਹੋਣਾ, ਜਿਹੜਾ ਸਾਡੇ ਨਾਲ ਸਮੁੱਚਾ ਪੰਜਾਬ ਹੈਗਾ, ਸਾਡੀ ਪੰਜਾਬੀ ਉਹ ਆ ਇੰਡਸਟਰੀ ਆ, ਉਹਦਾ ਸਾਡਾ ਕੋਈ ਵਿਰੋਧ ਤਾਂ ਨਹੀਂ ਹੈਗੀ, ਕਿਉਂਕਿ ਉਹ ਤਾਂ ਸਾਡੇ ਨਾਲ ਖੜੇ ਆ। ਪਰ ਜਿਹੜਾ ਸਾਡੇ ਨਾਲ ਨਹੀਂ ਖੜੂਗਾ, ਜਿਵੇਂ ਉਹ ਹਰਜੀਤ ਗਰੇਵਾਲਾ, ਜੀਤ ਜਾਣੀ ਵਗੈਰਾ, ਇਹੋ ਜਿਹਾ ਦਾ ਅਸੀਂ ਵਿਰੋਧ ਕਰਾਂਗੇ ਜਿਹੜਾ ਸਾਡੇ ਕਿਸਾਨਾਂ ਦੇ ਹੱਕ 'ਚ ਨਹੀਂ ਖੜਦਾ। ਨਹੀਂ, ਇਹਦਾ ਇੰਡਸਟਰੀ ਨੇ ਇੱਕ ਵੀ ਬਿਆਨ ਕਿਸਾਨਾਂ ਬਾਰੇ ਨਹੀਂ ਦਿਆ, ਬਲਕਿ ਕੰਗਣਾ ਤਾਂ ਕਿਸਾਨਾਂ ਦੇ ਵਿਰੁੱਧ ਮਾੜੀਆਂ ਟਿੱਪਣੀਆਂ ਹੀ ਕਰੀਆਂ ਨੇ, ਕਿੰਨੇ ਮਾੜੇ ਟਿੱਪਣੀਆਂ ਕਰਕੇ ਤੁਹਾਨੂੰ ਦੇਖਿਆ ਹੀ ਆ ਮੀਡੀਆ ਵਗੈਰਾ 'ਤੇ, ਫਿਰ ਵੀ ਇੱਕ ਵੀ ਇੰਡਸਟਰੀ ਦੇ ਵਿੱਚ ਕਿਸੇ ਨੂੰ ਵੀ ਨਹੀਂ ਆਉੜੀ, ਜਾਂ ਸਨੀ ਦਿਓਲ ਵਰਗੇ ਕਿੰਨੇ ਉਹ ਫਿਰ ਰਹੇ ਨੇ ਵੀ ਹਾਂ ਵੀ ਪੰਜਾਬ ਐਵੇਂ, ਕਿਸੇ ਵੀ ਇੰਡਸਟਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਨਹੀਂ ਦਿੱਤਾ। ਗੱਲ ਕਰੀਏ, ਕੀ ਲੱਗਦਾ ਕਿ ਬੰਬੇ ਦੇ ਅਦਾਕਾਰ ਨੇ ਪੰਜਾਬ ਦੇ ਵਿੱਚ ਸ਼ੂਟਿੰਗ ਕਰਨ ਕਿਉਂ ਆਉਂਦੇ ਨੇ?
ਉਹੀ ਕੰਮ ਹੁੰਦੇ ਲੋਕਾਂ ਨੂੰ ਦੇਖਣ ਆ ਰਹੇ ਨੇ ਵੀ ਇਹਨਾਂ ਦਾ ਸੱਭਿਆਚਾਰ ਕੀ ਆ, ਇੱਥੇ ਗੁਰੂਆਂ ਦਾ ਐਡੇ ਐਡੇ ਲੰਗਰ ਕਿਵੇਂ ਚੱਲ ਰਹੇ ਨੇ, ਕਾਹਤੋਂ ਚੱਲ ਰਹੇ ਨੇ, ਵੀ ਇਹੋ ਜਿਹਾ ਪੰਜਾਬੀ ਦੇ ਲੋਕਾਂ ਵਿੱਚ ਕੀ ਆ ਵੀ ਜਿਹੜਾ ਪੰਜਾਬ ਸਾਰੇ ਭਾਰਤ 'ਚ ਮੋਹਰੀ ਹੋ ਕੇ ਚੱਲਦਾ ਆ ਰਿਹਾ, ਉਹ ਚਾਹੇ ਗੁਰੂਆਂ ਸਿੱਖਾਂ ਦਾ ਇਤਿਹਾਸ ਅੰਗਰੇਜ਼ਾਂ ਦੀ ਲੜਾਈ ਵੇਲੇ ਦਾ ਟਾਈਮ ਲਾ ਲਓ ਜਾਂ ਗੁਰੂ ਸਿੱਖਾਂ ਦਾ ਇਤਿਹਾਸ ਲੈ ਲਓ ਜਦੋਂ ਔਰੰਗਜ਼ੇਬ ਵਗੈਰਾ ਰਾਜ ਹੁੰਦੇ ਤੇ, ਉਹਦੇ ਬਾਅਦ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਟਾਈਮ 'ਚ ਲਾ ਲਓ, ਉਹ ਤੋਂ ਬਾਅਦ ਚਾਹੇ ਅੱਜ ਲਾ ਲਓ, ਅੱਜ ਦੇ ਘੋਲ ਦੇ ਵਿੱਚ ਵੀ ਸਾਡਾ ਜਿਹੜਾ ਪੰਜਾਬ ਆ ਸਭ ਤੋਂ ਅੱਗੇ ਖੜਿਆ ਆ, ਸਾਡੇ ਬੱਚਿਆਂ ਦੇ ਬਜ਼ੁਰਗਾਂ ਦੇ ਕੁਰਬਾਨੀਆਂ ਦੇਣ 'ਚ ਵੀ ਖੜੇ ਆ, ਕਾਲੇ ਕਾਨੂੰਨ ਰੱਦ ਕਰਾ ਕੇ ਵੀ ਆਊਗਾ, ਚਾਹੇ ਸਾਨੂੰ ਛੋਟੇ ਤੋਂ ਛੋਟਾ ਬੱਚਾ ਵੱਡੇ ਤੋਂ ਵੱਡਾ ਹੋ, ਬਜ਼ੁਰਗਾਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣ ਪੈਣਾ, ਕਾਲੇ ਕਾਨੂੰਨ ਰੱਦ ਕਰਾ ਕੇ ਵਾਪਸ ਆਵਾਂਗੇ। ਬਿਊਰੋ ਰਿਪੋਰਟ, ਬਾਲੀਵੁੱਡ ਤੜਕਾ ਪੰਜਾਬੀ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ।